ਹੈਲੋ ਵੈਲਕਮ ਟੂ ਉਡਾਨ ਇੰਸਟੀਚਿਊਟ ਬਠਿੰਡਾ ਅੱਜ ਤੁਹਾਨੂੰ ਪਤਾ ਹੀ ਹੈ ਕੱਲ ਕੇ ਆਪਣੇ ਪੀਸੀਐਸਜੀ ਨੇ ਆਪਣੇ ਕੀਆ ਨੋਟੀਫਿਕੇਸ਼ਨ ਕੱਢੀ ਹੈ ਕੋਆਪਰੇਟਿਵ ਇਨਸਪੈਕਟਰ ਦੀ 320 ਪੋਸਟ 320 ਪੋਸਟ ਕੋਆਪਰੇਟਿਵ ਇਨਸਪੈਕਟਰ ਦੀ ਨਿਊ ਪੋਸਟਾਂ ਹੋਈਆਂ ਜਿਹਦੇ ਨਾਲ ਆਪਾਂ ਕੀਆ ਅੱਜ ਇਕਨੋਮਿਕ ਦੀ ਸੀਰੀਜ਼ ਸਟਾਰਟ ਕਰਨ ਚੱਲੇ ਹਾਂ ਕਿਉਂਕਿ ਤੁਸੀਂ ਦੇਖਿਆ ਹੀ ਆ ਜਿਆਦਾ ਅੱਜਕੱਲ ਕੀ ਟ੍ਰੈਂਡ ਚੱਲ ਰਿਹਾ ਹੈ ਜਾਂ ਪੋਲਿਟੀ ਜਾਂ ਹਿਸਟਰੀ ਦਾ ਆਪਾਂ ਕੀ ਕਵਰ ਕਰਨ ਚੱਲੇ ਹਾਂ ਇਕਨੋਮਿਕਸ ਕਿਉਂਕਿ ਜਿਹੜੀ ਵੇਟੇਜ PCS ਦੇ ਪੇਪਰਾਂ ਦੇ ਵਿੱਚ ਇਕਨੋਮਿਕਸ EVS ਦੀ ਵੇਟੇਜ ਬਹੁਤ ਜ਼ਿਆਦਾ ਹੁੰਦੀ ਹੈ ਅੱਜ ਆਪਾਂ ਉਹੀ ਕਵਰ ਕਰਨ ਚੱਲਿਆਂ ਇਕਨੋਮਿਕਸ ਅਰਥ ਸ਼ਾਸਤਰ ਹੁੰਦਾ ਕੀ ਹੈ ਜੀ ਇਕਨੋਮਿਕਸ ਕੀ ਹੁੰਦਾ ਇਕਨੋਮਿਕਸ ਹੁੰਦਾ ਕੀ ਹੈ ਇਕਨੋਮਿਕਸ ਉਹ ਹੁੰਦਾ ਵੀ ਜਿਹੜਾ ਹਿਊਮਨ ਬੀਇੰਗ ਨੂੰ ਸਟੱਡੀ ਕਰੇ ਹਿਊਮਨ ਬੀਇੰਗ ਕੀ ਪ੍ਰੋਡਿਊਸ ਕਰ ਰਿਹਾ ਹੈ ਕਿਵੇਂ ਪ੍ਰੋਡਿਊਸ ਕਰ ਰਿਹਾ ਹੈ ਤੇ ਕਿਹਦੇ ਲਈ ਪ੍ਰੋਡਿਊਸ ਕਰ ਰਿਹਾ ਆਹ ਡੈਫੀਨੇਸ਼ਨ ਲਿਖੀ ਹੋਈ ਆ ਵੀ ਇਕਨੋਮਿਕ ਸਟੱਡੀ ਕਰਦਾ ਹੈ ਇਕਨੋਮਿਕ ਐਕਟੀਵਿਟੀਆਂ ਆਫ ਹਿਊਮਨ ਬੀਇੰਗ ਮਨੁੱਖ ਦੀ ਹਿਊਮਨ ਬੀਇੰਗ ਦੀ ਇਕਨੋਮਿਕ ਐਕਟੀਵਿਟੀਆਂ ਕੀ ਹੈ ਇਕਨੋਮਿਕਸ ਕਵਰ ਕਰਦਾ ਨੈਕਸਟ ਡੈਫੀਨੇਸ਼ਨ ਤੁਸੀਂ ਹੋਰ ਕੀ ਕਹਿ ਸਕਦੇ ਹੋ ਇਕਨੋਮਿਕਸ ਕੀ ਸਟੱਡੀ ਕਰਦਾ ਹੈ ਇਕਨੋਮਿਕਸ ਕੀ ਸਟੱਡੀ ਕਰਦਾ ਹੈ ਇਕਨੋਮਿਕ ਸਟੱਡੀ ਕਰਦਾ ਹੈ ਵੀ ਜਿਹੜੇ ਰਿਸੋਰਸਸ ਆਪਣੇ ਜਿਹੜੇ ਸਰੋਤ ਨੇ ਉਹਨਾਂ ਨੂੰ ਕਿਵੇਂ ਪ੍ਰੋਡਿਊਸ ਕਰਨਾ ਹੈ ਜੇ ਪ੍ਰੋਡਿਊਸ ਹੋ ਗਏ ਨੇ ਤਾਂ ਉਹਨਾਂ ਨੂੰ ਕਿੱਥੇ ਯੂਟਲਾਈਜ਼ ਕਰਨਾ ਇਹ ਆਪਾਂ ਨੂੰ ਕੌਣ ਦੱਸਦਾ ਹੈ ਇਕਨੋਮਿਕਸ ਜਿੱਦਾਂ ਆਪਾਂ ਯੂਜ਼ਲੀ ਆਪਣੇ ਘਰ ਵਿੱਚ ਵੀ ਇਕਨੋਮਿਕਸ ਜਿੱਦਾਂ ਯੂਜ਼ ਕਰਦੇ ਆ ਜਿੱਦਾਂ ਕਿ ਜੇ ਮੰਥਲੀ ਸੈਲਰੀ ਵਾਲੇ ਕੋਈ ਪੇਰੈਂਟਸ ਹੁੰਦੇ ਆ ਉਹ ਆਪਣੀ ਇਕਨੋਮਿਕਸ ਯੂਜ਼ ਕਰਦੇ ਆ ਵੀ ਆਪਾਂ ਇਸ ਇਸ ਚੀਜ਼ ਤੇ ਇੰਨਾ ਇੰਨਾ ਬਜਟ ਕਰਨਾ ਹੈ ਇਸ ਤੋਂ ਵੱਧ ਨਹੀਂ ਲਾਣਾ ਠੀਕ ਹੈ ਨਾ ਇਕਨੋਮਿਕਸ ਆਪਣੀ ਡੇਲੀ ਲਾਈਫ ਦੇ ਵਿੱਚ ਵੀ ਬਹੁਤ ਯੂਜ਼ ਹੁੰਦੀ ਆ ਠੀਕ ਹੈ ਨਾ ਇਕਨੋਮਿਕਸ ਕੀ ਸਟਡੀ ਕਰਦਾ ਹਾਊ ਸੋਸਾਇਟੀ ਯੂਜ਼ ਰਿਸੋਰਸਸ ਵੀ ਜਿਹੜੀ ਆਪਣਾ ਸਮਾਜ ਹੈ ਉਹ ਸਰੋਤਾਂ ਨੂੰ ਕਿਵੇਂ ਯੂਜ਼ ਕਰਦਾ ਹੈ ਨਿਊ ਨਿਊ ਚੀਜ਼ਾਂ ਬਣਾ ਲਈ ਨਵੀਆਂ ਨਵੀਆਂ ਕਾਂਡਾ ਕੱਟਣ ਲਈ ਨਵੀਆਂ ਨਵੀਆਂ ਚੀਜ਼ਾਂ ਬਣਾਉਣ ਲਈ ਕਿਵੇਂ ਯੂਜ਼ ਕਰਦਾ ਇਹ ਇਕਨੋਮਿਕਸ ਦੀ ਸਟੱਡੀ ਤੋਂ ਅੰਦਰ 3rd ਵਨ ਇਕਨੋਮਿਕਸ ਅਰਥ ਸ਼ਾਸਤਰ ਹੋਰ ਕੀ ਸਟੱਡੀ ਕਰਦਾ ਅਰਥ ਸ਼ਾਸਤਰ ਆਪਾਂ ਨੂੰ ਆਪਾਂ ਇਹ ਸਟੱਡੀ ਕਰਦੇ ਹਾਂ ਵੀ ਜਿਹੜਾ ਇੰਡੀਵਿਜੂਅਲ ਹੈ ਵੀ ਜਾਂ ਕੋਈ ਕੱਲਾ ਬੰਦਾ ਹੈ ਜਾਂ ਕੋਈ ਫਰਮ ਹੈ ਜਾਂ ਗਵਰਨਮੈਂਟ ਹੈ ਜਾਂ ਕੋਈ ਸਰਕਾਰ ਹੈ ਜਾਂ ਕੋਈ ਅਦਰ ਆਰਗੇਨਾਈਜੇਸ਼ਨ ਠੀਕ ਹੈ ਜੀ ਉਹ ਸੁਸਾਇਟੀ ਤੋਂ ਕਿਵੇਂ ਕਿਵੇਂ ਆਪਣੀ ਇਕਨੋਮਿਕਸ ਨੂੰ ਮਤਲਬ ਸੁਸਾਇਟੀ ਦੀ ਚੇਂਜ ਕਰਨ ਲਈ ਯੂਜ਼ ਕਰਦਾ ਕੀ ਸਮਝੇ ਵੀ ਜਿਹੜੀ ਸਰਕਾਰ ਹੋਗੀ ਇੰਡੀਵਿਜੂਅਲ ਹੋ ਗਿਆ ਕੋਈ ਐਨਜੀਓ ਹੋਗੀ ਉਹ ਇਕਨੋਮਿਕਸ ਨੂੰ ਕਿਵੇਂ ਯੂਜ਼ ਕਰਦਾ ਹੈ ਸੁਸਾਇਟੀ ਵਿੱਚ ਚੇਂਜ ਲਿਆਉਣ ਲਈ ਠੀਕ ਹੈ ਨਾ ਆਪਾਂ ਇਹ ਕੁਸ਼ ਕੀ ਹੈ ਇਕਨੋਮਿਕਸ ਦੇ ਵਿੱਚ ਸਟੱਡੀ ਕਰਦੇ ਹਾਂ ਨੈਕਸਟ ਆਪਾਂ ਦੇਖਦੇ ਹਾਂ ਨੈਕਸਟ ਅੱਗੇ ਕੀ ਦੇਖਦੇ ਹਾਂ ਨੈਕਸਟ ਕੀ ਆ ਰਹੀ ਹੈ ਸਾਇੰਸ ਆਫ ਸਕਾਰਸਟੀ ਇਕਨੋਮਿਕ ਪ੍ਰੋਬਲਮਸ ਕੀ ਨੇ ਇਕਨੋਮਿਕ ਪ੍ਰੋਬਲਮਸ ਕੀ ਨੇ ਦੇਖੋ ਪਹਿਲਾ ਕੀ ਆ ਵੀ ਆਪਾਂ ਪ੍ਰੋਡਿਊਸ ਕਰਨਾ ਕੀ ਆ ਠੀਕ ਹੈ ਨਾ ਇਕਨੋਮਿਕਸ ਕੀ ਆ ਵੀ ਆਪਾਂ ਪ੍ਰੋਡਿਊਸ ਕਰਨਾ ਕੀ ਆ ਸੈਕੰਡ ਵਨ ਕਰਨਾ ਕਿਵੇਂ ਆ ਵਾਟ ਟੂ ਪ੍ਰੋਡਿਊਸ ਸੈਕੰਡ ਵਨ ਕਰਨਾ ਕਿਵੇਂ ਆ ਥਰਡ ਵਨ ਕੇ ਦੇ ਲਈ ਕਰਨਾ ਬਹੁਤ ਇੰਪੋਰਟੈਂਟ ਵੀ ਪਹਿਲਾ ਕੀ ਆ ਪ੍ਰੋਡਿਊਸ ਕਰਨਾ ਕੀ ਆ ਸੈਕੰਡ ਵਨ ਕਰਨਾ ਕਿਵੇਂ ਆ ਥਰਡ ਵਨ ਇਹਦੇ ਲਈ ਕਰਨਾ ਹੈ ਇਕਨੋਮਿਕਸ ਕੀ ਹੈ ਜੇ ਤੁਸੀਂ ਇਕਨੋਮਿਕਸ ਆਪਣੀ ਡੇਲੀ ਲਾਈਫ ਨਾਲ ਲੈ ਕੇ ਚਲੋਗੇ ਇਕਨੋਮਿਕਸ ਬਹੁਤ ਈਜ਼ੀ ਸਬਜੈਕਟ ਬਣ ਜਾਏ ਜੇ ਤੁਸੀਂ ਇਹਨੂੰ ਰਟਣ ਦੀ ਕੋਸ਼ਿਸ਼ ਕਰੋਗੇ ਤਾਂ ਇਕਨੋਮਿਕਸ ਵਰਗਾ ਡਿਫਿਕਲਟ ਸਬਜੈਕਟ ਕੋਈ ਹੋ ਨਹੀਂ ਸਕਦਾ ਤਾਂ ਤੁਹਾਨੂੰ ਹੁਣੀ ਪਹਿਲੇ ਹੀ ਆਪਣੇ ਕਲਾਸ ਦੇ ਇੰਟਰੋਡਕਸ਼ਨ ਵਿੱਚ ਹੀ ਕਹਿ ਰਿਹਾ ਵੀ ਇਹਨੂੰ ਕੀ ਹੈ ਆਪਣੀ ਡੇਲੀ ਲਾਈਫ ਦੇ ਨਾਲ ਲੈ ਕੇ ਚੱਲਣਾ ਠੀਕ ਹੈ ਨਾ ਹੁਣ ਕੀ ਹੈ ਵੀ ਵਾਟ ਟੂ ਪ੍ਰੋਡਿਊਸ ਹੁਣ ਮੰਨ ਲਓ ਕੋਈ ਵੀ ਚੀਜ਼ ਕਿਸੇ ਚੀਜ਼ ਦੀ ਡਿਮਾਂਡ ਜਿੱਦਾਂ ਕਿ ਕੋਈ ਮੋਟਰ ਵਹੀਕਲ ਹੋ ਗਈ ਕੋਈ ਮਹਿੰਗੀਆਂ ਕਾਰਾਂ ਹੋ ਗਈਆਂ ਉਹ ਉਹਨੂੰ ਪ੍ਰੋਡਿਊਸ ਕਿਵੇਂ ਕਰਨਾ ਹੈ ਸੈਕੰਡ ਵਨ ਆ ਗਿਆ ਪ੍ਰੋਡਿਊਸ ਕਿੱਦਾਂ ਕਰਨਾ ਹੈ ਮਸ਼ੀਨਰੀ ਨਾਲ ਪ੍ਰੋਡਿਊਸ ਕਰਾਂਗੇ ਠੀਕ ਹੈ ਨੈਕਸਟ ਵਨ ਫੋਰ ਹੂਮ ਟੂ ਪ੍ਰੋਡਿਊਸ ਜੇ ਮੰਨ ਲਓ ਡਿਮਾਂਡ ਹੀ ਨਹੀਂ ਹੈਗੀ ਮੰਨ ਲਓ ਮੈਂ 1 ਕਰੋੜ ਦੀ ਕਾਰ ਲਾਂਚ ਕਰਨ ਵਾਲਾ ਠੀਕ ਹੈ ਮੰਨ ਲਓ ਉਸ ਕਾਰ ਦੀ ਡਿਮਾਂਡ ਹੀ ਨਹੀਂ ਹੈਗੀ ਇੰਨਾ ਲੋਕਾਂ ਕੋਲ ਪੈਸੇ ਨਹੀਂ ਹੈਗਾ ਕਿ ਉਹ ਮੇਰੀ ਕਾਰ ਚੱਲੂਗੀ ਬਿਲਕੁਲ ਨਹੀਂ ਚੱਲੂਗੀ ਤਾਂ ਕੀ ਆ ਆਪਾਂ ਇਹ ਦੇਖਣਾ ਵੀ ਆਪਾਂ ਪ੍ਰੋਡਿਊਸ ਕਿਨਾਂ ਲਈ ਕਰ ਰਹੇ ਆ ਵੀ ਮਾਰਕੀਟ 'ਚ ਉਹਦੀ ਡਿਮਾਂਡ ਹੈਗੀ ਹੈ ਕਿ ਨਹੀਂ ਹੈਗੀ ਠੀਕ ਹੈ ਨਾ ਈਕਨੋਮਿਕਸ ਆਪਾਂ ਨੂੰ ਦੱਸਦੀ ਆ ਵੀ ਆਪਾਂ ਪ੍ਰੋਡਿਊਸ ਕਰਨਾ ਕੀ ਆ ਕਿਵੇਂ ਕਰਨਾ ਤੇ ਕਿਹਦੇ ਲਈ ਕਰਨਾ ਥਰਡ ਪੁਆਇੰਟ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਆ ਸਾਰੀ ਜਿਹੜੀ ਇਕਨੋਮਿਕਸ ਹੈ ਡਿਮਾਂਡ ਤੇ ਸਪਲਾਈ ਉੱਤੇ ਹੀ ਨਿਰਭਰ ਕਰਦੀ ਆ ਠੀਕ ਹੈ ਜੇ ਡਿਮਾਂਡ ਆ ਤੇ ਸਪਲਾਈ ਆ ਜੇ ਸਪਲਾਈ ਨਹੀਂ ਹੈਗੀ ਤਾਂ ਡਿਮਾਂਡ ਨਹੀਂ ਹੈਗੀ ਠੀਕ ਹੈ ਨਾ ਨੈਕਸਟ ਵਨ ਦੇਖਦੇ ਆਂ ਨੈਕਸਟ ਵਨ ਆ ਜਾਂਦਾ ਮਾਈਕਰੋ ਤੇ ਮੈਕਰੋ ਇਕਨੋਮਿਕਸ ਮਾਈਕਰੋ ਤੇ ਇਕ ਮਾਈਕਰੋ ਇਕਨੋਮਿਕਸ ਇਹਨਾਂ ਵਿੱਚ ਡਿਫਰੈਂਸ ਕੀ ਹੁੰਦਾ ਬਹੁਤ ਇੰਪੋਰਟੈਂਟ ਹੈ ਪੀਪੀਐਸਸੀ ਦੇ ਜਿੰਨੇ ਵੀ ਪੇਪਰ ਹੁੰਦੇ ਆ ਉਹਨਾਂ ਵਿੱਚ ਡਿਫਰੈਂਸ ਕਿਤੇ ਨਾ ਕਿਤੇ ਪੁੱਛ ਹੀ ਲੈਂਦੇ ਆ ਠੀਕ ਹੈ ਨਾ ਉਹ ਡਿਫਰੈਂਸ ਕੀ ਹੁੰਦੇ ਆ ਦੇਖੋ ਜਿਹੜੀ ਆਪਣੇ ਪੇਪਰ ਦੇ ਵਿੱਚ ਆਉਂਦੀ ਹੈ ਮੇਨਲੀ ਆਉਂਦੀ ਹੈ ਮੈਕਰੋ ਇਕਨੋਮਿਕਸ ਮੈਕਰੋ ਇਹ ਵਾਲੀ ਇਕਨੋਮਿਕਸ ਆਉਂਦੀ ਹੈ ਮਾਈਕਰੋ ਇਕਨੋਮਿਕਸ ਆਪਣੇ ਪੇਪਰ ਲਈ ਇੰਪੋਰਟੈਂਟ ਨਹੀਂ ਹੈਗੀ ਤਾਂ ਆਪਾਂ ਕੀ ਹੈ ਸਿਰਫ ਮੈਕਰੋ ਇਕਨੋਮਿਕਸ ਦੇ ਉੱਤੇ ਹੀ ਆਪਣਾ ਧਿਆਨ ਲਾਵਾਂਗੇ ਠੀਕ ਹੈ ਮੈਕਰੋ ਇਕਨੋਮਿਕਸ ਪੜਨ ਨੂੰ ਹੀ ਆਪਾਂ ਕੀ ਆਪਣਾ ਟਾਈਮ ਯੂਟਿਲਾਈਜ਼ ਕਰਾਂਗੇ ਹੁਣ ਮਾਈਕਰੋ ਤੇ ਮੈਕਰੋ ਦੇ ਵਿੱਚ ਡਿਫਰੈਂਸ ਕੀ ਹੈ ਮਾਈਕਰੋ ਤੇ ਮੈਕਰੋ ਦੇ ਵਿੱਚ ਡਿਫਰੈਂਸ ਕੀ ਹੈ ਦੱਸੋ ਜੀ ਮਾਈਕਰੋ ਕੀ ਹੁੰਦਾ ਹੈ ਮਾਈਕਰੋ ਇਕਨੋਮਿਕਸ ਮਾਈਕਰੋ ਇਕਨੋਮਿਕਸ ਉਹਨੂੰ ਕਹਿੰਦੇ ਆ ਵੀ ਜਿਹੜਾ ਇੱਕ ਸਿੰਗਲ ਬੰਦੇ ਦੀ ਇਕਨੋਮੀ ਹੋਵੇ ਵੀ ਸਿੰਗਲ ਬੰਦੇ ਦਾ ਘਰ ਬਾਹਰ ਕਿਵੇਂ ਚੱਲ ਰਿਹਾ ਉਹ ਦੁਕਾਨ ਕਿਤਾ ਚੱਲ ਰਹੀ ਹੈ ਉਹਦਾ ਇੰਸਟੀਚਿਊਟ ਕਿਤਾ ਚੱਲ ਰਿਹਾ ਉਹ ਕਿਸ ਚ ਅਪਾ ਕਾਊਂਟ ਕਰਾਂਗੇ ਮਾਈਕਰੋ ਇਕਨੋਮਿਕਸ ਚ ਜੇ ਗੱਲ ਆਵੇ ਪੂਰੇ ਦੇਸ਼ ਦੀ ਮੰਨ ਲਓ ਭਾੜੇ ਪੂਰੇ ਭਾਰਤ ਦੀ ਇਕਨੋਮਿਕ ਦੀ ਗੱਲ ਆਵੇ ਤਾਂ ਉਹ ਉਹ ਆਪਾਂ ਕਿੱਥੇ ਕਾਊਂਟ ਕਰਦੇ ਆ ਉਹ ਆਪਾਂ ਕਾਊਂਟ ਕਰਦੇ ਆ ਮੈਕਰੋ ਇਕਨੋਮਿਕਸ ਦੇ ਵਿੱਚ ਗੱਲ ਖਾਨੇ ਪਈ ਕਿ ਨਹੀਂ ਭਈ ਮਾਈਕਰੋ ਤੇ ਮੈਕਰੋ ਦੇ ਵਿੱਚ ਡਿਫਰੈਂਸ ਤਾਨੂੰ ਕਲੀਅਰ ਹੋਣਾ ਚਾਹੀਦਾ ਮਾਈਕਰੋ ਕੀ ਹੁੰਦਾ ਵੀ ਇੱਕ ਸਿੰਗਲ ਬੰਦਾ ਸਿੰਗਲ ਬੰਦੇ ਦੀ ਅਰਥ ਸ਼ਾਸਤਰ ਨੂੰ ਦੱਸਦੀ ਹੈ ਵੀ ਉਹਦਾ ਘਰ ਕਿਵੇਂ ਚੱਲ ਰਿਹਾ ਕਿਸ ਬੇਸਿਸ ਤੇ ਚੱਲ ਰਿਹਾ ਉਹਦੀ ਦੁਕਾਨ ਕਿੱਦਾਂ ਚੱਲ ਰਹੀ ਹੈ ਉਹਦਾ ਇੰਸਟੀਚਿਊਸ਼ਨ ਕਿੱਦਾਂ ਚੱਲ ਰਿਹਾ ਠੀਕ ਹੈ ਨਾ ਇਹ ਹੁੰਦੀ ਹੈ ਮਾਈਕਰੋ ਜਦੋਂ ਕੱਲੇ ਬੰਦੇ ਦੀ ਗੱਲ ਆਵੇ ਜਦੋਂ ਪੂਰੇ ਹੀ ਦੇਸ਼ ਦੀ ਪੂਰੇ ਹੀ ਰਾਜਿਆ ਦੀ ਗੱਲ ਆਵੇ ਉਦੋਂ ਗੱਲ ਕਰਦੇ ਆਪਾਂ ਮੈਕਰੋ ਇਕਨੋਮਿਕਸ ਦੀ ਉਦੋਂ ਗੱਲ ਕਰਦੇ ਆਪਾਂ ਮੈਕਰੋ ਇਕਨੋਮਿਕਸ ਦੀ ਮੈਕਰੋ ਇਕਨੋਮਿਕਸ ਹੀ ਆਪਣੇ ਪੇਪਰ ਲਈ ਇੰਪੋਰਟੈਂਟ ਹੈ ਅੱਪਾ ਮੈਕਰੋ ਇਕਨੋਮਿਕਸ ਹੀ ਪੜਾਂਗੇ ਠੀਕ ਹੈ ਜੀ ਨੈਕਸਟ ਬੰਦ ਦੇਖ ਲੈਂਦੇ ਆ ਇਹਨਾਂ ਦਾ ਆਬਜੈਕਟਿਵ ਕੀ ਹੁੰਦਾ ਇਹਨਾਂ ਦਾ ਆਬਜੈਕਟਿਵ ਕੀ ਹੁੰਦਾ ਔਨ ਡਿਮਾਂਡ ਸਾਈਜ਼ ਇਜ਼ ਮੈਕਸੀਮਾਈਜ਼ ਯੂਟਿਲਿਟੀ ਵੇਅਰ ਐਜ਼ ਅਨ ਸਪਲਾਈ ਸਾਈਡ ਇਜ਼ ਮਿਨੀਮਾਈਜ਼ ਪ੍ਰੋਫਿਟ ਇਹਦਾ ਕੀ ਮੀਨਿੰਗ ਹੈ ਵਿੱਚ ਡਿਮਾਂਡ ਹੈ ਤਾਂ ਉਹਦੀ ਯੂਟਿਲਿਟੀ ਉਹਦੀ ਜਿਹੜੀ ਯੂਟਿਲਿਟੀ ਹੈ ਉਹ ਵਧਾਣੇ ਉਹ ਵਧਾਓ ਠੀਕ ਹੈ ਤੇ ਜਿਹੜੀ ਸਪਲਾਈ ਸਾਈਡ ਤੇ ਆਪਣਾ ਪ੍ਰੋਫਿਟ ਘੱਟ ਕਰੋ ਕੀ ਸਮਝੇ ਵਿਦਿਆਰਥੀ ਆਪਣੀ ਡਿਮਾਂਡ ਸਾਈਜ਼ ਤੇ ਜਿਹੜੀ ਡਿਮਾਂਡ ਸਾਈਡ ਤੇ ਆਪਣੀ ਯੂਟਿਲਿਟੀ ਹੈ ਉਹਨੂੰ ਮੈਕਸਮਾਈਜ਼ ਕਰੋ ਜਿੰਨਾ ਹੋ ਸਕੇ ਠੀਕ ਹੈ ਵੀ ਡਿਮਾਂਡ ਜਨਰੇਟ ਕਰੋ ਮੰਨ ਲਓ ਮੈਂ ਦੁਕਾਨ ਚਲਾ ਰਿਹਾ ਜੇ ਮੈਂ ਡਿਮਾਂਡ ਜਨਰੇਟ ਹੀ ਨਹੀਂ ਕਰ ਰਿਹਾ ਉਹ ਫਾਇਦਾ ਨਹੀਂ ਹੈਗਾ ਕੋਈ ਮੰਨ ਲਓ ਮੈਂ ਅੱਜ ਇੰਸਟੀਚਿਊਟ ਚਲਾ ਰਿਹਾ ਜੇ ਪੀਪੀਐਸਸੀ ਨੋਟੀਫਿਕੇਸ਼ਨ ਆਈਏ ਤੇ ਮੈਂ ਡਿਮਾਂਡ ਜਨਰੇਟ ਨਹੀਂ ਕਰ ਰਿਹਾ ਲੋਕਾਂ ਦੇ ਵਿੱਚ ਸਟੂਡੈਂਟ ਦੇ ਵਿੱਚ ਅਵੇਅਰਨੈਸ ਨਹੀਂ ਫਲਾ ਰਿਹਾ ਗੱਲ ਇਹਦੀ ਗੱਲ ਕਰਦਾ ਤੇ ਆਪਣਾ ਜਿਹੜਾ ਪ੍ਰੋਫਿਟ ਕੀ ਹੈ ਮਿਨੀਮਾਈਜ਼ ਕਰੋ ਵੀ ਜਿਹੜੀ ਮੰਨ ਲਓ ਜੇ ਮੈਂ ਅ ਨੋਟੀਫਿਕੇਸ਼ਨ ਦੇ ਰਹਾ ਪੀਪੀਐਸੀ ਦੀ ਤੇ ਆਪਣੀ ਜਿਹੜੀ ਫੀਸ ਹੈ ਮਿਨੀਮਲ ਤੋਂ ਮਿਨੀਮਲ ਰੱਖੋ ਠੀਕ ਹੈ ਨਾ ਜੋ ਸਾਰੇ ਹੀ ਆਪਣੇ ਲੋਕਾਂ ਵਾਸਤੇ ਹਿੱਤ ਵਾਸਤੇ ਕੀ ਵਧੀਆ ਹੋਵੇ ਮੈਕਰੋ ਦਾ ਕੀ ਆਬਜੈਕਟਿਵ ਹੈ ਮੈਕਰੋ ਦਾ ਆਬਜੈਕਟਿਵ ਇਹ ਹੈ ਵੀ ਆਪਾਂ ਕੀ ਹੈ এমਪਲੋਇਮੈਂਟ ਰੋਜ਼ਗਾਰ ਦੇਣਾ ਲੋਕਾਂ ਨੂੰ ਰੋਜ਼ਗਾਰ ਦੇਣਾ ਪ੍ਰਾਈਸ ਸਟੈਬਿਲਿਟੀ ਰੱਖਣੀ ਹੈ ਵੀ ਜੇ ਕੋਈ ਪ੍ਰਾਈਸ ਨਜਾਇਜ਼ ਹੀ ਵੱਧ ਰਿਹਾ ਤਾਂ ਉਹਨੂੰ ਥੱਲੇ ਲੈ ਕੇ आओ ਫੋਰ ਐਗਜ਼ਾਮਪਲ ਐਗਜ਼ਾਮਪਲ ਦੇਣਾ ਤੁਹਾਨੂੰ ਮੈਂ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਪੈਟਰੋਲ ਦੇ ਪ੍ਰਾਈਸ 110 ਰੁਪਏ ਤੋਂ ਉੱਤੇ ਪਹੁੰਚ ਗਏ ਸੀਗੇ ਜੇ ਅੱਜ ਦੇਖ ਲਈਏ ਅੱਜ ਕਿੰਨਾ ਆਪਣਾ 90 95 ਦੇ ਆਸ-ਪਾਸ ਇਹ ਕਿਹਦਾ ਕੰਮ ਹੁੰਦਾ ਇਹ ਸਰਕਾਰਾਂ ਦਾ ਕੰਮ ਹੁੰਦਾ ਵੀ ਪ੍ਰਾਈਸ ਨੂੰ ਸਟੇਬਲ ਸਟੇਬਲ ਰੱਖਣਾ ਪ੍ਰਾਈਸ ਨੂੰ ਸਟੇਬਲ ਰੱਖਣਾ ਇਹ ਮੈਕਰੋ ਇਕਨੋਮਿਕਸ ਦੇ ਵਿੱਚ ਆਉਂਦਾ ਠੀਕ ਹੈ ਨਾ ਨੈਕਸਟ ਨੈਕਸਟ ਦੇਖਦੇ ਆਪਾਂ ਹੁਣ ਜਿਹੜਾ ਇਕਨੋਮਿਕਸ ਅਰਥ ਸ਼ਾਸਤਰ ਕਿਹੜੇ ਕਿਹੜੇ ਸੈਕਟਰਾਂ ਵਿੱਚ ਡਿਵਾਈਡ ਕੀਤਾ ਗਿਆ ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਇਹ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਜਿਹੜੇ ਹੁਣ ਆਪਾਂ ਅੱਗੇ ਕਰਨ ਚੱਲੇ ਆਂ ਦੇਖੋ ਪਹਿਲਾਂ ਤਾਂ ਇੱਕ ਐਕਟੀਵਿਟੀ ਦੇ ਉੱਤੇ ਵੀ ਕਿਹੜੀ ਐਕਟੀਵਿਟੀ ਕਿਸ ਪ੍ਰਕਾਰ ਦੀ ਹੋ ਰਹੀ ਹੈ ਦੂਜੀ ਹੈਗੀ ਹੈ ਵਰਕ ਕੰਡੀਸ਼ਨ ਉੱਥੇ ਜਿਹੜੇ ਲੋਕ ਰਹਿ ਰਹੇ ਆ ਜਿਹੜੇ ਵਰਕਰ ਰਹਿ ਰਹੇ ਆ ਜਿਹੜੇ ਹਿਊਮਨ ਬੀਇੰਗਸ ਰਹਿ ਰਹੇ ਆ ਉਹ ਕਿਹੜੀ ਕੰਡੀਸ਼ਨ ਦੇ ਵਿੱਚ ਰਹਿ ਰਹੇ ਆ ਤੀਜਾ ਐਸੈਟ ਦੇ ਉੱਪਰ ਐਸੈਟਸ ਮੀਨ ਵੀ ਲੋਕਾਂ ਕੋਲੋਂ ਕਿੰਨਾ ਪੈਸਾ ਹੈ ਕਿੰਨੀ ਉਹਨਾਂ ਕੋਲ ਜ਼ਮੀਨ ਹੈ ਇਹ ਡਿਟਰਮਾਈਨ ਕਰਦਾ ਹੈ ਪਬਲਿਕ ਤੇ ਪ੍ਰਾਈਵੇਟ ਸੈਕਟਰ ਠੀਕ ਹੈ ਅੱਜ ਆਪਾਂ ਕਰਾਂਗੇ ਓਨ ਬੇਸਿਸ ਆਫ ਐਕਟੀਵਿਟੀ ਨੇਚਰ ਐਕਟੀਵਿਟੀ ਦੇ ਆਧਾਰ ਤੇ ਆਪਾਂ ਅੱਜ ਇਕਨੋਮਿਕਸ ਸਮਝਣ ਚੱਲਿਆ ਇਹ ਵਾਲਾ ਪੁਆਇੰਟ ਬਹੁਤ ਇੰਪੋਰਟੈਂਟ ਹੈ ਇਹ ਦੀ ਸਕਰੀਨਸ਼ਾਟ ਲੈ ਲਈਏ ਤੁਸੀਂ ਜਾਂ ਫਿਰ ਨੋਟ ਡਾਊਨ ਕਰ ਲਓ ਪਹਿਲਾ ਕੀ ਆ ਪ੍ਰਾਇਮਰੀ ਸੈਕਟਰ ਪ੍ਰਾਇਮਰੀ ਸੈਕਟਰ ਕੀ ਹੁੰਦਾ ਅਕਸਰ ਹੀ ਐਗਜ਼ਾਮ ਦੇ ਵਿੱਚ ਇਹਨਾਂ ਵਿੱਚ ਆਉਂਦਾ ਪੇਪਰ ਵੀ ਪ੍ਰਾਇਮਰੀ ਸੈਕਟਰ ਕੀ ਹੁੰਦਾ ਸੈਕੰਡਰੀ ਸੈਕਟਰ ਕੀ ਹੁੰਦਾ ਟਰਸ਼ਰੀ ਕੀ ਹੁੰਦਾ ਠੀਕ ਹੈ ਨਾ ਆਪਾਂ ਤਾਂ ਕਰਕੇ ਅੱਜ ਇਹ ਕਵਰ ਕਰ ਰਿਹਾ ਤੁਹਾਡਾ ਬੇਸ ਤੁਹਾਡੀ ਨੀਂਹ ਤਿਆਰ ਕਰ ਰਿਹਾ ਤੇ ਨੀਂਹ ਤੁਹਾਡੀ ਤਿਆਰ ਆ ਤਾਂ ਆਪਾਂ ਬਿਲਡਿੰਗ ਜਿੰਨੀ ਮਰਜ਼ੀ ਉੱਚੀ ਬਣਾ ਲਈਏ ਠੀਕ ਹੈ ਨਾ ਤੁਹਾਡੀ ਫਾਊਂਡੇਸ਼ਨ ਸਟਰੋਂਗ ਕਰ ਰਹੇ ਆਪਾਂ ਪ੍ਰਾਇਮਰੀ ਸੈਕਟਰ ਕੀ ਹੁੰਦਾ ਪ੍ਰਾਇਮਰੀ ਸੈਕਟਰ ਕੀ ਹੁੰਦਾ ਪ੍ਰਾਇਮਰੀ ਸੈਕਟਰ ਉਹ ਹੁੰਦਾ ਜਿਹੜਾ ਕੁਦਰਤੀ ਸਰੋਤਾਂ ਨੂੰ ਆਪਾਂ ਪੰਨ ਤੋੜ ਕਰਕੇ ਜਿਹੜੀ ਮਟੀਰੀਅਲਸ ਨਿਕਲਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਸਰਸਿਸ ਠੀਕ ਹੈ ਜਿੱਦਾਂ ਕਿ ਇਕਨੋਮਿਕ ਐਕਟੀਵਿਟੀਜ਼ ਵਿੱਚ ਟੇਕ ਪਲੇਸ ਵਾਈਲ ਐਕਸਪਲੋਇਟਿੰਗ ਨੇਚਰਲ ਰਿਸੋਰਸਸ ਜਿੱਦਾਂ ਕਿ ਮਾਈਨਿੰਗ ਹੋਗੀ ਕੋਲੇ ਦੀ ਮਾਈਨਿੰਗ ਹੋਗੀ ਠੀਕ ਹੈ ਸੋਨੇ ਦੀ ਮਾਈਨਿੰਗ ਹੋਗੀ ਚਾਂਦੀ ਦੀ ਮਾਈਨਿੰਗ ਹੋਗੀ ਇੱਕ ਇਸ ਚ ਆ ਜਾਂਦਾ ਪ੍ਰਾਇਮਰੀ ਸੈਕਟਰ ਦੇ ਵਿੱਚ ਦੂਜੇ ਆਪਣੇ ਖੇਤੀਬਾੜੀ ਖੇਤੀਬਾੜੀ ਜੇ ਹੁਣ ਤੁਹਾਨੂੰ ਕੋਈ ਗੱਲ ਪੁੱਛੇ ਵੀ ਕੋਈ ਕੁਐਸਚਨ ਇਦਾਂ ਹੀ ਪੁੱਛ ਲਾਂਦਾ ਆਪ ਨੂੰ ਹਨਾ ਟਿੱchnਾ ਕਰਦਾ ਹੈ ਕਈ ਵਾਰ ਵੀ ਜਿਹੜੀ ਖੇਤੀਬਾੜੀ ਹੈ ਇਹ ਕਿਹੜਾ ਸੈਕਟਰ ਹੈ ਤੁਸੀਂ ਜਵਾਬ ਦੇਣਾ ਵੀ ਇਹ ਪ੍ਰਾਇਮਰੀ ਸੈਕਟਰ ਹੈ ਠੀਕ ਹੈ ਨਾ ਖੇਤੀਬਾੜੀ ਆਪਣਾ ਕੀ ਹੈ ਪ੍ਰਾਇਮਰੀ ਸੈਕਟਰ ਦੂਜਾ ਤੇਲ ਕੱਚਾ ਤੇਲ ਜਦੋਂ ਕੱਢਦੇ ਆ ਕੱਚਾ ਤੇਲ ਜਦੋਂ ਕੱਢਦੇ ਆ ਉਹ ਕੀ ਹੈ ਪ੍ਰਾਇਮਰੀ ਸੈਕਟਰ ਅੱਥੋਂ ਤੱਕ ਕਲੀਅਰ ਹੈ ਕਿ ਨਹੀਂ ਪ੍ਰਾਇਮਰੀ ਸੈਕਟਰ ਕਲੀਅਰ ਹੈ ਕਿ ਨਹੀਂ ਨੈਕਸਟ ਵਨ ਦੇਖਦੇ ਮੂਵ ਕਰਦੇ ਆ ਸਕੈਂਡਰੀ ਸੈਕਟਰ ਸਕੈਂਡਰੀ ਸੈਕਟਰ ਇਹ ਕੀ ਹੁੰਦਾ ਸਕੈਂਡਰੀ ਸੈਕਟਰ ਕੀ ਹੁੰਦਾ ਪ੍ਰਾਇਮਰੀ ਸੈਕਟਰ ਆਪਾਂ ਦੇਖਿਆ ਵੀ ਜਿਹੜੇ ਆਪਣੇ ਕੁਦਰਤੀ ਸਰੋਤਾਂ ਨੂੰ ਐਕਸਪਲੋਇਟ ਕਰਕੇ ਜਿਹੜੀ ਚੀਜ਼ਾਂ ਨਿਕਲਦੀਆਂ ਠੀਕ ਹੈ ਸਕੈਂਡਰੀ ਸੈਕਟਰ ਦਾ ਕੀ ਕੰਮ ਹੁੰਦਾ ਜਿਹੜੀ ਉਹ ਚੀਜ਼ਾਂ ਨਿਕਲੀਆਂ ਜਿੱਦਾਂ ਕਿ ਕੋਲ ਨਿਕਲਿਆ ਠੀਕ ਹੈ 골ਡ ਨਿਕਲਿਆ ਉਨੂੰ ਅੱਗੇ ਯੂਟਿਲਾਈਜ਼ ਕਰਦਾ ਉਹਨੂੰ ਅੱਗੇ ਵਰਤੋਂ ਵਿੱਚ ਲਿਆਉਣਾ ਇਹ ਕੰਮ ਕੀਦਾ ਸਕੈਂਡਰੀ ਸੈਕਟਰ ਦਾ ਜਿਵੇਂ ਆਪਾਂ ਕੋਲ ਆਪਣੇ ਫੈਕਟਰੀ ਜਾਂ ਇੰਡਸਟਰੀ ਦੇ ਵਿੱਚ ਯੂਜ਼ ਕਰਦੇ ਹਾਂ ਠੀਕ ਹੈ ਇਹ ਕੰਮ ਕੀਦਾ ਆਪਣਾ ਸਕੈਂਡਰੀ ਸੈਕਟਰ ਦਾ ਇੱਕ ਵਾਰ ਦੇਖ ਲਓ ਇਟ ਕੰਟੇਨਸ ਆਲ ਆਫ ਦਾ ਇਕਨੋਮਿਕ ਐਕਟੀਵਿਟੀਆਂ ਅੰਡਰ ਵਿੱਚ ਰਾ ਮਟੀਰੀਅਲਸ ਐਕਸਟ੍ਰੈਕਟਡ ਆਊਟ ਆਫ ਪ੍ਰਾਇਮਰੀ ਸੈਕਟਰ ਆਰ ਪ੍ਰੋਸੈਸਡ ਇਹਨੂੰ ਹੋਰ ਇੱਕ ਨਾਮ ਨਾਲ ਜਾਣਿਆ ਜਾਂਦਾ ਜਿਹਦਾ ਨਾਮ ਹੈ ਇੰਡਸਟਰੀਅਲ ਸੈਕਟਰ ਕੀ ਨਾਮ ਹੈ ਇਹ ਦਾ ਇੰਡਸਟਰੀਅਲ ਸੈਕਟਰ ਵਨ ਆਫ ਇਟਸ ਸਬਸੈਕਟਰ ਕੀ ਹੈ ਮੈਨੂਫੈਕਚਰਿੰਗ ਹੋਗੀ ਜਿੱਦਾਂ ਮੈਨੂਫੈਕਚਰਿੰਗ ਹੋਗੀ ਵੀ ਜੋ ਵੀ ਆਪਾਂ ਕੱਚਾ ਜਿੱਦਾਂ ਕੱਚੇ ਤੇਲ ਸਿੱਧਾ ਆਪਾਂ ਪੈਟਰੋਲ ਤਾਂ ਨਹੀਂ ਬਣਾ ਲੈਂਦੇ ਉਹਦੀ ਮੈਨੂਫੈਕਚਰਿੰਗ ਹੁੰਦੀ ਹੈ ਠੀਕ ਹੈ ਨਾ ਮੈਨੂਫੈਕਚਰਿੰਗ ਹੋਗੀ ਉਹ ਆ ਗਿਆ ਆਪਣੇ ਸੈਕੰਡਰੀ ਸੈਕਟਰ ਚ ਇਹਨੂੰ ਕਹਿੰਨੇ ਆਪਾਂ ਕੀ ਹੈ ਸੈਕੰਡਰੀ ਸੈਕਟਰ ਕਲੀਅਰ ਹੈ ਇੱਥੋਂ ਤੱਕ ਨਾਓ 3rd ਵਨ ਬਹੁਤ ਇੰਪੋਰਟੈਂਟ ਹੈ ਟਰਸ਼ਰੀ ਸੈਕਟਰ ਟਰਸ਼ਰੀ ਸੈਕਟਰ ਇਹ ਕੀ ਹੁੰਦਾ ਟਰਸ਼ਰੀ ਸੈਕਟਰ ਕੀ ਹੁੰਦਾ ਟਰਸ਼ਰੀ ਸੈਕਟਰ ਉਹ ਹੁੰਦਾ ਜਿਹੜੀ ਵੀ ਸਰਵਿਸਿਜ਼ ਪ੍ਰੋਵਾਈਡ ਕਰਦੇ ਫੋਰ ਐਗਜ਼ਾਮਪਲ ਅੱਜ ਆਪਣਾ ਇੰਸਟੀਚਿਊਟ ਸਰਵਿਸ ਪ੍ਰੋਵਾਈਡ ਕਰ ਰਿਹਾ ਇਹ ਕੀ ਹੈ ਟਰਸ਼ਰੀ ਸੈਕਟਰ ਕੋਈ ਹੈਲਥ ਕੇਅਰ ਕੋਈ ਕੋਈ ਹਸਪੀਟਲ ਕੋਈ ਸਰਵਿਸ ਪ੍ਰੋਵਾਈਡ ਕਰ ਰਿਹਾ ਉਹ ਹੈਗਾ ਆਪਣਾ ਟਰਸ਼ਰੀ ਸੈਕਟਰ ਜਿਹੜਾ ਬੈਂਕ ਹੈ ਸਰਵਿਸ ਪ੍ਰੋਵਾਈਡ ਕਰ ਰਿਹਾ ਉਹ ਹੈਗਾ ਆਪਣਾ ਟਰਸ਼ਰੀ ਸੈਕਟਰ ਠੀਕ ਹੈ ਇਕਨੋਮਿਕਸ ਨੂੰ ਕੀ ਆ ਆਪਾਂ ਆਪਣੀ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣਾ ਜੇ ਤੁਸੀਂ ਨੂੰ ਰਟੋ ਰੱਟਣ ਦੀ ਕੋਸ਼ਿਸ਼ ਕਰੋਗੇ ਫਿਰ ਇਕਨੋਮਿਕਸ ਵਰਗਾ ਡਿਫਿਕਲਟ ਸਬਜੈਕਟ ਨਹੀਂ ਹੈਗਾ ਈਜ਼ੀ ਤਾਂ ਰਹੂਗਾ ਸਮਝ ਤੁਹਾਨੂੰ ਤਾਂ ਆਊਗੀ ਜੇ ਇਹਨੂੰ ਆਪਣੇ ਰਿਲੇਟ ਨਾਲ ਰਿਲੇਟ ਕਰਕੇ ਚਲੋਗੇ ਲਾਈਫ ਦੇ ਨਾਲ ਠੀਕ ਹੈ ਨਾ ਟਰਸ਼ਰੀ ਸੈਕਟਰ ਦੇਖ ਲਓ ਆਲ ਆਫ ਦਾ ਇਕਨੋਮਿਕ ਐਕਟੀਵिटीज ਵੇਅਰ ਸਰਵਿਸਿਜ਼ ਪੈਦਾ ਹੁੰਦੀਆਂ ਨੇ ਜਿੱਦਾਂ ਕਿ ਐਜੂਕੇਸ਼ਨ ਹੋਗੀ ਹੈਲਥ ਕੇਅਰ ਹੋ ਗਿਆ ਜਿੱਦਾਂ ਕਿ ਹਸਪਤਾਲ ਹੋਗੇ ਹਸਪੀਟਲ ਹੋਗੇ ਬੈਂਕ ਬੈਂਕ ਹੋਗੇ ਕਮਿਊਨੀਕੇਸ਼ਨ ਹੋ ਗਏ ਇਹ ਸਾਰੇ ਆਪਣੇ ਆ ਜਾਂਦੇ ਆ ਟਰਸ਼ਰੀ ਸੈਕਟਰ ਦੇ ਵਿੱਚ ਉੱਥੋਂ ਤੱਕ ਕਲੀਅਰ ਹੈ ਕਿ ਨਹੀਂ ਜੇ ਕੋਈ ਡਾਊਟ ਹੁੰਦਾ ਹੋਇਆ ਤਾਂ ਕਮੈਂਟ ਸੈਕਸ਼ਨ ਤੁਸੀਂ ਕਮੈਂਟ ਕਰ ਸਕਦੇ ਹੋ ਨਹੀਂ ਤਾਂ ਸਾਡੇ ਪਰਸਨਲੀ ਇੰਸਟੀਟਿਊਟ ਵਿਜ਼ਿਟ ਕਰ ਸਕਦੇ ਹੋ ਜੀ ਜੀਤ ਰੋਡ 14 ਨੰਬਰ ਗਲੀ ਦੇ ਵਿੱਚ ਜੇ ਕੋਈ ਵੀ ਡਾਊਟ ਤੁਹਾਨੂੰ ਹੋਇਆ ਠੀਕ ਹੈ ਨਾ ਜੇ ਤੁਹਾਨੂੰ ਆਹ ਸੈਸ਼ਨ ਆਪਣਾ ਵਧੀਆ ਲੱਗ ਰਿਹਾ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ ਸਾਨੂੰ ਵੀ ਹੌਸਲਾ ਮਿਲਦਾ ਵੀ ਹਾਂਜੀ ਸਹੀ ਕੰਮ ਕਰ ਰਹੇ ਹਾਂ ਨੈਕਸਟ ਬੰ ਜਿਹੜਾ ਹੁੰਦਾ ਕੁਆਟਰਨਰੀ ਸੈਕਟਰ ਕੁਆਟਰਨਰੀ ਸੈਕਟਰ ਲਾਸਟ ਇਅਰ ਕੁਐਸਚਨ ਆਇਆ ਸੀਗਾ ਵੀ ਨੌਲੇਜ ਸੈਕਟਰ ਕਿਹਨੂੰ ਕਹਿੰਦੇ ਆਪਾਂ ਨੌਲੇਜ ਸੈਕਟਰ ਕਿਹਨੂੰ ਕਹਿੰਦੇ ਆ ਇੱਕ ਪੀਪੀਐਸਸੀ ਦੇ ਲਾਸਟ ਇਅਰ ਕੁਐਸਚਨ ਆਇਆ ਸੀ ਨੌਲੇਜ ਸੈਕਟਰ ਕਿਹਨੂੰ ਕਹਿੰਦੇ ਇਹਦਾ ਆਨਸਰ ਕੀ ਆ ਕੁਆਟਰਨਰੀ ਸੈਕਟਰ ਦੇਖੋ ਆਪਾਂ ਉਹਨਾਂ ਕੀ ਹੀ ਪੜਾਂਗੇ ਜਿਹੜਾ ਵੀ ਆਪਣੇ ਐਗਜ਼ਾਮ ਰਿਲੇਟਰ ਨਾਲ ਇੰਪੋਰਟੈਂਟ ਹੈ ਫਾਲਤੂ ਆਪਾਂ ਟਾਈਮ ਵੇਸਟ ਕਰਨ ਨਹੀਂ ਆਏ ਇੱਥੇ ਉਹਨਾਂ ਕੀ ਹੀ ਪੜਾਂਗੇ ਜਿਹੜਾ ਆਪਣੇ ਐਗਜ਼ਾਮ ਦੇ ਨਾਲ ਇੰਪੋਰਟੈਂਟ ਹੈ ਜਿਹੜਾ ਪ੍ਰੀਵਿਅਸ ਇਅਰ ਐਗਜ਼ਾਮ ਦੇ ਵਿੱਚ ਆਇਆ ਤੇ ਜਿਹੜੀ ਸਾਡੀ ਐਕਸਪੈਕਟੇਸ਼ਨ ਹੁੰਦੀ ਹੈ ਵੀ ਨਾ ਲੈਸ ਨੇਸ ਪੀਰ ਆ ਸਕਦਾ ਉਹ ਆਪਾਂ ਕਰ ਕਰਾਂਗੇ ਠੀਕ ਹੈ ਜੀ ਕੁਆਟਰਨਰੀ ਸੈਕਟਰ ਕੀ ਹੁੰਦਾ ਕੁਆਟਰਨਰੀ ਸੈਕਟਰ ਆਸ नोन ਐਸ ਨੋਲ ਸੈਕਟਰ ਐਕਟੀਵਿਟੀਜ਼ ਰਿਲੇਟਡ ਟੂ ਐਜੂਕੇਸ਼ਨ ਰਿਸਰਚ ਐਂਡ ਡਿਵੈਲਪਮੈਂਟ ਐਸੈਟਰਾ ਕਮ ਅੰਡਰ ਇਟ ਦਾ ਸੈਕਟਰ ਪਲੇਜ਼ ਮੋਸਟ ਇੰਪੋਰਟੈਂਟ ਰੋਲ ਇਨ ਡਿਫਾਈਨਿੰਗ ਕੁਆਲਟੀ ਆਫ ਹਿਊਮਨ ਰਿਸੋਰਸਸ ਐਂਡ ਇਕਨੋਮਿਕ ਹੈ ਦੇਖੋ ਕੀ ਹੁੰਦਾ ਆਪਣੇ ਦੇਸ਼ ਦੇ ਵਿੱਚ ਕੋਈ ਵੀ ਰਿਸਰਚ ਹੁੰਦੀ ਹੈ ਕੋਈ ਵੀ ਰਿਸਰਚ ਜਾਂ ਡਿਵੈਲਪਮੈਂਟ ਫੋਰ ਐਗਜ਼ਾਮਪਲ ਕਰੋਨਾ ਦੀ ਵੈਕਸੀਨ ਦੀ ਰਿਸਰਚ ਹੋ ਰਹੀ ਸੀਗੀ ਉਹ ਸੈਕਟਰ ਕਿਹੜਾ ਉਹ ਹੈਗਾ ਆਪਣਾ ਕੁਆਟਰਨਰੀ ਸੈਕਟਰ ਠੀਕ ਹੈ ਐਗਜ਼ਾਮਪਲ ਆਪਣੀ ਕੀ ਹੈ ਰੋਜ਼ ਮਰਾਂ ਦੀ ਜ਼ਿੰਦਗੀ ਵਿੱਚੋਂ ਚੱਕਣੀ ਆ ਆਪਾਂ ਆਪਣੀ ਕਲਾਸ ਦਾ ਇਹ ਮੰਤਵ ਰੋਗ ਮੇ ਤੁਹਾਡੇ ਖਾਣੇ ਵਿੱਚ ਪੈਜੇ ਦਿਮਾਗ ਦੇ ਖਾਣੇ ਵਿੱਚ ਪੈਜੇ ਵੀ ਇਕਨੋਮਿਕਸ ਹੈ ਕੀ ਹੈ ਠੀਕ ਹੈ ਜਿੱਦਾਂ ਰਿਸਰਚ ਹੋ ਰਹੀ ਸੀ ਕਰੋਨਾ ਦੀ ਵੈਕਸੀਨ ਲਈ ਉਹ ਆਂਦਾ ਹੈ ਕੁਆਟਰਨਰੀ ਸੈਕਟਰ ਦੇ ਵਿੱਚ ਸਮਝ ਆ ਗਿਆ ਇੱਥੋਂ ਤੱਕ ਇਹਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਕੀ ਨਾਮ ਹੈ ਨੌਲੇਜ ਸੈਕਟਰ ਠੀਕ ਹੈ ਕਮੈਂਟ ਕਰਕੇ ਦੱਸੋ ਇੰਡਸਟਰੀਅਲ ਸੈਕਟਰ ਕਿਹਨੂੰ ਕਹਿੰਦੇ ਆ ਇੰਡਸਟਰੀਅਲ ਸੈਕਟਰ ਕਿਹਨੂੰ ਕਹਿੰਦੇ ਕਮੈਂਟ ਕਰਕੇ ਦੱਸੋ ਨੈਕਸਟ ਵਨ ਤੇ ਇੰਪੋਰਟੈਂਟ ਵਨ ਬਹੁਤ ਹੀ ਇੰਪੋਰਟੈਂਟ ਹੈ ਕੀ ਹੈ ਕੁਇਨਰੀ ਸੈਕਟਰ ਕੁਇਨਰੀ ਸੈਕਟਰ ਕੁਇਨਰੀ ਸੈਕਟਰ ਕੁਇਨਰੀ ਸੈਕਟਰ ਇਹ ਕੀ ਹੁੰਦਾ all activities where top decisions are made fall under it ਠੀਕ ਹੈ ਇਹ ਕੀ ਹੁੰਦਾ ਮੰਨ ਲਓ ਸਰਕਾਰ ਹੈ ਠੀਕ ਹੈ ਸਰਕਾਰ ਹੋ ਗਈ ਗਵਰਨਮੈਂਟ ਹੋ ਗਈ ਆਈਐਸ ਆਈਪੀਐਸ ਹੋਗੇ ਜਿਹੜੇ ਵੱਡੇ ਬਿਊਰੋਕਰੇਟਸ ਹੁੰਦੇ ਆ ਉਹ ਸਾਰੇ ਹੀ ਕੁਇਨਰੀ ਸੈਕਟਰ ਚ ਹੁੰਦੇ ਆ ਕੁਇਨਰੀ ਸੈਕਟਰ ਦਾ ਮੀਨਿੰਗ ਕੀ ਹੁੰਦਾ ਜਿਹੜੇ ਆਪਣੇ ਡਿਸੀਜਨ ਬਣਾਉਂਦੇ ਆ ਫੋਰ ਇਗਜ਼ਾਮਪਲ ਕਈ ਵਾਰ ਆਪਣੇ ਮੋਦੀ ਸਾਹਿਬ ਕਹਿੰਦੇ ਆ ਵੀ ਨੋਟ ਮੈਨ ਕਰੋ ਕਈ ਵਾਰ ਕਹਿੰਦੇ ਜੀਐਸਟੀ ਠੀਕ ਹੈ ਕਈ ਵਾਰ ਕਹਿ ਦਿੰਦੇ ਆ ਵੀ ਕਰੋਨਾ ਕਰਕੇ ਆਪਣਾ ਭਾਰਤ ਬੰਦ ਹੈ ਇਹ ਵਾਲੇ ਸੈਕਟਰ ਕਿੰਨੇ ਜਿਹੜੇ ਡਿਸੀਜਨ ਬਣਾਉਂਦੇ ਜਿਹੜੇ ਡਿਸੀਜਨ ਆਪਾਂ ਨੂੰ ਪਾਲਨ ਕਰਨੇ ਪੈਂਦੇ ਆ ਇਹ ਕਿਹੜੇ ਸੈਕਟਰ ਆ ਜਾਂਦਾ ਕੋਈ ਨਰੀ ਸੈਕਟਰ ਦੇਖ ਲਓ ਆਲ ਐਕਟੀਵिटीज ਥੇਰ ਟਾਪ ਡਿਸੀਜਨਸ ਆਰ ਮੇਡ ਫਾਲ ਅੰਡਰ ਇਟ ਹਾਈएस्ट ਲੈਵਲ ਆਫ ਡਿਸੀਜਨ ਮੇਕਰਸ ਆਰ ਗਵਰਨਮੈਂਟ ਠੀਕ ਹੈ ਜੀ ਹਾਈएस्ट ਡਿਸੀਜਨ ਮੇਕਰਸ ਕਿਹੜੇ ਨੇ ਗਵਰਨਮੈਂਟ ਜਿੰਨਾ ਵਿੱਚ ਬਿਊਰੋਕਰੇਟਸ ਵੀ ਹੁੰਦੇ ਆ ਬਿਊਰੋਕਰੇਟਸ ਜਿਹਦਾ ਆਈਐਸ ਆਈਪੀਐਸ ਹੋਗੇ ਇਹਨਾਂ ਨੂੰ ਬਿਊਰੋਕਰੇਟਸ ਕਹਿੰਦੇ ਆ ਐਂਡ देयर ਪ੍ਰਾਈਵੇਟ ਕੋਰਪੋਰੇਟ ਸੈਕਟਰ ਫਾਲ ਅੰਡਰ ਇਟ ਸਮਝ ਆ ਗਈ ਪ੍ਰਾਇਮਰੀ ਸੈਕਟਰ ਦੱਸੋ ਪ੍ਰਾਇਮਰੀ ਸੈਕਟਰ ਕੀ ਹੁੰਦਾ ਪ੍ਰਾਇਮਰੀ ਸੈਕਟਰ ਉਹ ਹੁੰਦਾ ਜਦੋਂ ਆਪਾਂ ਕੁਦਰਤੀ ਸਰੋਤਾਂ ਨੂੰ ਐਕਸਪਲੋਇਟ ਕਰਕੇ ਚੀਜ਼ਾਂ ਬਣਦੀਆਂ ਨੇ ਠੀਕ ਹੈ ਨਿਕਲਦੀਆਂ ਨੇ ਸੈਕੰਡਰੀ ਸੈਕਟਰ ਜਿਹੜੀ ਚੀਜ਼ਾਂ ਪ੍ਰਾਇਮਰੀ ਸੈਕਟਰ ਦੇ ਵਿੱਚੋਂ ਨਿਕਲੀਆਂ ਨੇ ਉਹਨਾਂ ਨੂੰ ਅੱਗੇ ਯੂਟਿਲਾਈਜ਼ ਕਰਨਾ ਜਿੱਦਾਂ ਕਿ ਮੈਨੂਫੈਕਚਰਿੰਗ ਹੋਊਗੀ ਇੰਡਸਟਰੀਅਲ ਇੰਡਸਟਰੀ ਫੈਕਟਰੀਜ਼ ਚੂਜ਼ ਕਰਨਾ ਟਰਸ਼ਰੀ ਸੈਕਟਰ ਕੀ ਹੁੰਦਾ ਜਿਹੜੀ ਸਰਵਿਸ ਪ੍ਰੋਵਾਈਡ ਕਰਦੇ ਆਣੇ ਜਿੱਦਾਂ ਕਿ ਐਜੂਕੇਸ਼ਨ ਹੋ ਗਿਆ ਹਸਪੀਟਲ ਹੋ ਗਿਆ ਬੈਂਕ ਹੋ ਗਏ ਇਹ ਕੀ ਨੇ ਆਪਣੇ ਟਰਸ਼ਰੀ ਸੈਕਟਰ ਨੈਕਸਟ ਵਨ ਕੁਆਟਰਨਰੀ ਸੈਕਟਰ ਕੀ ਹੁੰਦਾ ਇਹਨੂੰ ਆਪਾਂ ਨੋਲਿਜ ਸੈਕਟਰ ਵੀ ਕਹਿੰਦੇ ਆ ਕੁਆਟਰਨਰੀ ਨੂੰ ਨੋਲਿਜ ਸੈਕਟਰ ਵੀ ਕਹਿੰਦੇ ਆ ਕਿਉਂਕਿ ਜਿਹੜੀ ਵੀ ਰਿਸਰਚ ਤੇ ਡਿਵੈਲਪਮੈਂਟ ਹੁੰਦੀ ਆ ਉਹ ਸਾਰੇ ਇਸ ਚ ਹੀ ਫਾਲ ਕਰਦੀ ਆ ਠੀਕ ਹੈ ਨੈਕਸਟ ਵਨ ਕੁਇਨਰੀ ਸੈਕਟਰ ਕੁਇਨਰੀ ਸੈਕਟਰ ਇਹਨੂੰ ਆਪਾਂ ਹਾਈਐਸਟ ਡਿਸੀਜਨ 메ਕਿੰਗ ਬਾਡੀ ਵੀ ਕਹਿੰਦੇ ਆ ਠੀਕ ਹੈ ਕਿਉਂਕਿ ਜਿਹੜੇ IS IPS ਤੇ ਆਪਣੇ ਗਵਰਨਮੈਂਟ ਉਹ ਸਾਰੇ ਇਸ ਇਹਦੇ ਐਂਟਰੀ ਫਾਲ ਕਰਦੇ ਆ ਕਲੀਅਰ ਹੈ ਇੱਥੋਂ ਤੱਕ ਇੰਪੋਰਟੈਂਟ ਹੈ ਇਹ ਜਿਹੜੇ ਸੈਕਟਰ ਨੇ ਇਹਨਾਂ ਵਿੱਚੋਂ ਹੀ ਕੁਐਸਚਨ ਪੁੱਛੇ ਗਏ ਸੀਗੇ ਲਾਸਟ ਇਅਰ ਲਾਸਟ ਇਅਰ ਟਰਸ਼ਰੀ ਸੈਕਟਰ ਤੇ ਆਇਆ ਸੀਗਾ ਤੇ ਇੱਕ ਪ੍ਰਾਇਮਰੀ ਸੈਕਟਰ ਦੇ ਉੱਤੇ ਆਇਆ ਸੀਗਾ ਨੈਕਸਟ ਵਨ ਦੇਖਦੇ ਆਪਾਂ ਇਕਨੋਮਿਕ ਸਿਸਟਮ ਇਕਨੋਮਿਕ ਸਿਸਟਮ ਕੀ ਹੁੰਦਾ ਪਹਿਲਾ ਫੀਚਰ ਦੇਖੋ ਓਨਰਸ਼ਿਪ ਕਿਹਦੀ ਹੁੰਦੀ ਹੈ ਓਨਰਸ਼ਿਪ ਪਹਿਲਾ ਦੇਖੋ ਓਨਰਸ਼ਿਪ ਓਨਰਸ਼ਿਪ ਕਿਹਦੀ ਹੁੰਦੀ ਹੈ ਦੇਖੋ ਕੈਪੀਟਲਿਜ਼ਮ ਕੀ ਹੁੰਦਾ ਕੈਪੀਟਲਿਜ਼ਮ ਉਹ ਹੁੰਦਾ ਜਿਸ ਚ ਪ੍ਰਾਈਵੇਟ ਕੰਪਨੀਆਂ ਦਾ ਜ਼ਿਆਦਾ ਅਧਿਕਾਰ ਹੋਵੇ ਕੈਪੀਟਲਿਜ਼ਮ ਉਹ ਹੁੰਦਾ ਜਿਸ ਚ ਜ਼ਿਆਦਾ ਪ੍ਰਾਈਵੇਟ ਕੰਪਨੀਆਂਜ਼ ਹੋਣ ਠੀਕ ਹੈ ਜਿਸ ਚ ਸਰਕਾਰ ਦੀ ਬਹੁਤ ਹੀ ਘੱਟ ਦਖਲ ਅੰਦਾਜ਼ੀ ਹੋਵੇ ਕਿਸੇ ਵੀ ਰੋਜ਼ਗਾਰ ਨੂੰ ਲੈ ਕੇ ਕੋਈ ਵੀ ਬਿਜ਼ਨਸ ਨੂੰ ਲੈ ਕੇ ਜਿਆਦਾ ਹੱਥ ਕੀ ਹੈ ਪ੍ਰਾਈਵੇਟ ਸੈਕਟਰਾਂ ਦਾ ਹੁੰਦਾ ਉਹਨੂੰ ਆਪਾਂ ਕਹਿ ਦਿੰਦੇ ਆ ਕੈਪੀਟਲਿਜ਼ਮ ਠੀਕ ਹੈ ਹੁਣ ਸੋਸ਼ੀਅਲਿਜ਼ਮ ਕੀ ਹੁੰਦਾ ਸੋਸ਼ੀਅਲਿਜ਼ਮ ਉਹ ਹੁੰਦਾ ਵੀ ਜਿੱਥੇ ਸਰਕਾਰ ਹੀ ਸਾਰੇ ਕੰਮ ਕਰੇ ਜਿੱਦਾਂ ਕਿ ਆਪਣੇ 1990 ਤੋਂ ਪਹਿਲਾਂ ਕੀ ਆਪਣਾ ਇੰਡੀਆ ਕੀ ਹੁੰਦਾ ਸੀ ਇਹ ਸੋਸ਼ਲਿਜ਼ਮ ਕਿਉਂਕਿ ਉਦੋਂ ਪ੍ਰਾਈਵੇਟਾਈਜੇਸ਼ਨ ਨਹੀਂ ਆਏ ਸੀਗੇ ਉਦੋਂ ਪ੍ਰਾਈਵੇਟ ਕੰਪਨੀਆਂ ਘੱਟ ਹੁੰਦੀਆਂ ਸੀ ਤੇ ਜ਼ਿਆਦਾ ਕੀ ਆ ਸਰਕਾਰੀ ਕੰਪਨੀਆਂ ਹੁੰਦੀਆਂ ਸੀਗੀਆਂ ਉਹ ਕੀ ਆਪਣਾ ਸੋਸ਼ਲਿਜ਼ਮ ਵੀ ਜਿੱਥੇ ਕੀ ਆ ਸਰਕਾਰ ਹੀ ਸਾਰਾ ਕੰਮ ਕਰੇ ਮਿਕਸਡ ਕੀ ਹੁੰਦਾ ਵੀ ਜਿੱਥੇ ਪ੍ਰਾਈਵੇਟ ਵੀ ਹੋਵੇ ਤੇ ਪਬਲਿਕ ਓਨਰਸ਼ਿਪ ਵੀ ਹੋਵੇ ਜਿੱਥੇ ਪ੍ਰਾਈਵੇਟ ਵੀ ਹੋਣ ਬੰਦੇ ਤੇ ਗਵਰਨਮੈਂਟ ਸਰਕਾਰੀ ਬੰਦੇ ਵੀ ਹੋਣ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਦਾ ਵੀ ਜਿਹੜਾ ਆਪਣਾ ਭਾਰਤ ਹੈ ਇੰਡੀਆ ਉਹ ਇੰਨਾ ਤਿੰਨਾ ਵਿੱਚੋਂ ਕਿੱਥੇ ਲਾਈ ਕਰਦਾ ਹੈ ਇੰਨਾ ਤਿੰਨਾ ਵਿੱਚੋਂ ਕਿਹੜੀ ਸ਼੍ਰੇਣੀ ਦੇ ਵਿੱਚ ਆਂਦਾ ਕੁਐਸਚਨ ਏ ਆ ਕਿ ਆਪਣਾ ਭਾਰਤ ਇੰਡੀਆ ਇੰਨਾ ਤਿੰਨਾ ਵਿੱਚੋਂ ਕਿਹੜੀ ਸ਼੍ਰੇਣੀ ਦੇ ਵਿੱਚ ਆਂਦਾ ਹੈ ਇਹ ਦੱਸੋ ਠੀਕ ਹੈ ਜੀ ਨਾਓ ਨੈਕਸਟ ਇਕਨੋਮਿਕ ਮੋਟਿਵ ਇਹਨਾਂ ਦਾ ਮੰਤਵ ਕੀ ਹੁੰਦਾ ਦੇਖੋ ਜੇ ਕੋਈ ਪ੍ਰਾਈਵੇਟ ਕੰਪਨੀ ਚਲਾ ਰਹੀ ਹੈ ਉਹਦਾ ਮੇਨ ਮੋਟਿਵ ਕੀ ਹੋਊਗਾ ਪ੍ਰੋਫਿਟ ਕਮਾਉਣਾ ਠੀਕ ਹੈ ਉਹਦਾ ਕਦੇ ਵੀ ਮੋਟਿਵ ਨਹੀਂ ਹੋਊਗਾ ਵੀ ਮੈਨੂੰ ਲੌਸ ਹੋਵੇ ਜਾਂ ਮੈਂ ਕਿਸੇ ਦੀ ਭਲਾਈ ਕਰਾਂ ਪ੍ਰਾਈਵੇਟ ਕੰਪਨੀ ਦਾ ਹਮੇਸ਼ਾ ਹੀ ਇੱਕ ਗੋਲ ਹੁੰਦਾ ਹੈ ਇੱਕ ਟੀਚਾ ਹੁੰਦਾ ਹੈ ਵੀ ਮੈਂ ਜਿਆਦਾ ਤੋਂ ਜਿਆਦਾ ਪ੍ਰੋਫਿਟ ਕਮਾਵਾਂ ਠੀਕ ਹੈ ਜੀ ਇਹ ਆਪਣਾ ਯੂਜੂਲੀ ਦੇਖਦੇ ਹਾਂ ਆਪਣਾ ਬਾਜ਼ਾਰ ਦੇ ਵਿੱਚ ਜੇ ਕੋਈ ਪ੍ਰਾਈਵੇਟ ਕੰਪਨੀ ਆ ਉਹਦਾ ਮੇਨ ਮੋਟਿਵ ਕੀ ਹੁੰਦਾ ਹੈ ਪ੍ਰੋਫਿਟ ਕਮਾਣਾ ਤੇ ਜਿਹੜਾ ਆਪਣਾ ਸਰਕਾਰੀ ਹੈ ਜਿਹੜਾ ਸਰਕਾਰੀ ਹੈ ਸਰਕਾਰੀ ਬੰਦਿਆਂ ਨੂੰ ਚਾਹੀਦੀ ਹੁੰਦੀ ਹੈ ਵੋਟ ਠੀਕ ਹੈ ਨਾ ਸਰਕਾਰੀ ਬੰਦਿਆਂ ਨੂੰ ਚਾਹੀਦੀ ਹੁੰਦੀ ਹੈ ਵੋਟ ਉਹਨਾਂ ਦਾ ਕੀ ਮੇਨ ਮੋਟਿਵ ਹੁੰਦਾ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਜਣਿਆਂ ਨੂੰ ਕੀ ਹੈ ਖੁਸ਼ ਰੱਖਣ ਜ਼ਿਆਦਾ ਤੋਂ ਜ਼ਿਆਦਾ ਸਕੀਮ ਲਿਆਂੜ ਠੀਕ ਹੈ ਨਾ ਐਜੂਕੇਸ਼ਨ ਦੀ ਹੋਗੀ ਹੈਲਥ ਦੀ ਹੋਗੀ ਇਹ ਕਾਹਦਾ ਕੰਮ ਹੁੰਦਾ ਹੈ ਆਪਣਾ ਗਵਰਨਮੈਂਟ ਸੋਸ਼ਲਿਜ਼ਮ ਦਾ ਤੇ ਜਿਹੜਾ ਮਿਕਸਡ ਹੁੰਦਾ ਹੈ ਮਿਕਸਡ ਹੁੰਦਾ ਇਹਨਾਂ ਦਾ ਦੋਵਾਂ ਦੀ ਮਿਕਸ ਕੰਮ ਹੁੰਦਾ ਵੀ ਪ੍ਰੋਫਿਟ ਵੀ ਕਮਾਣਾ ਹੈ ਤੇ ਵੈਲਫੇਅਰ ਵੀ ਕਰਨੇ ਆ ਲੋਕਾਂ ਦੀ ਭਲਾਈ ਵੀ ਕਰਨੀ ਆ ਤੇ ਪ੍ਰੋਫਿਟ ਵਿੱਚ ਵੀ ਆਪਣਾ ਪੂਰਾ ਹੱਥ ਅਜਮਾਣਾ ਠੀਕ ਹੈ ਨਾ ਇਹ ਪ੍ਰੋਫਿਟ ਵੀ ਆਪਾਂ ਖਿੱਚਣਾ ਤੇ ਭਲਾਈ ਵੀ ਕਰਨੀ ਆ ਠੀਕ ਹੈ ਨਾਉ ਨੈਕਸਟ ਵਨ ਦੇਖ ਲੈਂਦੇ ਆ ਇਨਕਮ ਡਿਸਟਰੀਬਿਊਸ਼ਨ ਇਨਕਮ ਡਿਸਟਰੀਬਿਊਸ਼ਨ ਇਨਕਮ ਡਿਸਟਰੀਬਿਊਸ਼ਨ ਕੀ ਹੁੰਦਾ ਵੀ ਕੋਈ ਪ੍ਰੋਫਿਟ ਜੇ ਕੋਈ ਪ੍ਰਾਈਵੇਟ ਕੰਪਨੀ ਹੈ ਠੀਕ ਹੈ ਉਹਨਾਂ ਦੀ ਇੱਕ ਇਨਕਮ ਜਿਹੜੀ ਡਿਸਟਰੀਬਿਊਸ਼ਨ ਹੈ ਅਨ ਇਕੁਅਲ ਰਹੂਗੀ ਕਿਉਂਕਿ ਜੇ ਕੋਈ ਇੱਕ ਕੰਪਨੀ ਹੈ ਕੋਈ ਜ਼ਿਆਦਾ ਪ੍ਰੋਫਿਟ ਕਰ ਰਹੀ ਹੈ ਜਾਂ ਕੋਈ ਜ਼ਿਆਦਾ ਸਕਸੈਸਫੁਲ ਹੈ ਉਹਦੀ ਆਮਦਨ ਜ਼ਿਆਦਾ ਹੋਗੀ ਫੋਰ ਇਗਜ਼ਾਮਪਲ ਅੰਬਾਨੀ ਹੋ ਗਿਆ ਤੇ ਉਹਦਾ ਛੋਟਾ ਬ੍ਰਦਰ ਦੇਖ ਲਓ ਠੀਕ ਹੈ ਇਹ ਕਿ ਇਨਕਮ ਡਿਸਟ੍ਰੀਬਿਊਸ਼ਨ ਕੀ ਹੈ ਅਨ ਇਕੁਅਲ ਹੈ ਇਹਨਾਂ ਵਿੱਚ ਤੇ ਜਿਹੜਾ ਸੋਸ਼ਲਿਜ਼ਮ ਦੇਖ ਲੈ ਇਹਨਾਂ ਵਿੱਚ ਇਕੁਅਲ ਹੁੰਦੀ ਹੈ ਕਿਉਂਕਿ ਸਰਕਾਰ ਦਾ ਮੋਟਿਵ ਮੰਤਵ ਕੀ ਹੁੰਦਾ ਵੀ ਸਾਰਿਆਂ ਨੂੰ ਜਿਹੜੀ ਇਕੁਅਲ ਆਪਣਾ ਪ੍ਰੋਫਿਟ ਦਾ ਡਿਸਟ੍ਰੀਬਿਊਸ਼ਨ ਇਨਕਮ ਹੈ ਉਹ ਇਕੁਅਲ ਹੋਵੇ ਤੇ ਮਿਕਸ ਦੇ ਵਿੱਚ ਕੀ ਹੁੰਦਾ ਲੈਸ ਅਨ ਇਕੁਅਲ ਲੈਸ ਅਨ ਇਕੁਅਲ ਮੀਨਸ ਇਕੁਅਲੀ ਹੋ ਗਿਆ ਠੀਕ ਹੈ ਨਾ ਨਾਓ ਨੇਚਰ ਆਫ ਐਂਟਰਪ੍ਰਾਈਜ਼ ਆਪਾਂ ਦੇਖ ਹੀ ਲਿਆ ਨੇਚਰ ਆਫ ਐਂਟਰਪ੍ਰਾਈਜ਼ ਕੀ ਹੁੰਦਾ ਇਹਨਾਂ ਵਿੱਚ ਹੁੰਦਾ ਪ੍ਰਾਈਵੇਟ ਐਂਟਰਪ੍ਰਾਈਜ਼ ਸੋਸ਼ਲਿਜ਼ਮ ਦੇ ਵਿੱਚ ਹੁੰਦਾ ਗਵਰਨਮੈਂਟ ਦੀ ਗਵਰਨਮੈਂਟ ਜ਼ਿਆਦਾ ਇਹਦੇ ਵਿੱਚ ਦਖਲ ਅੰਦਾਜ਼ੀ ਕਰਦੀ ਹੈ ਐਂਡ ਨੈਕਸਟ ਵਨ ਕੀ ਆ ਆਪਣੇ ਮਿਕਸਡ ਵਿੱਚ ਹੁੰਦਾ ਪ੍ਰਾਈਵੇਟ ਤੇ ਸਟੇਟ ਦੋਵਾਂ ਦਾ ਹੀ ਇਕੁਅਲ ਰਿਸਪੌਂਸਿਬਿਲਟੀ ਹੁੰਦੀ ਹੈ ਠੀਕ ਹੈ ਨਾ ਇਹ ਆਪਣੀ ਸੀਗੀ ਲਾਸਟ ਸਲਾਈਡ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਆਹ ਸੀਰੀਜ਼ ਕਿੱਦਾਂ ਲੱਗੀ ਠੀਕ ਹੈ ਨਾ ਆਪਣੀ ਇਹ ਸੀਰੀਜ਼ ਕੰਟੀਨਿਊ ਹੋਏਗੀ ਤੇ ਆਪਾਂ ਉਦੋਂ ਤੱਕ ਨਹੀਂ ਹਟਦੇ ਜੋ ਤੱਕ ਆਪਣਾ ਪੇਪਰ ਕਲੀਅਰ ਨਹੀਂ ਹੋ ਜਾਂਦਾ ਬਸ ਮੈਂ ਤੁਹਾਡੇ ਤੋਂ ਕੀ ਇੱਕ ਚੀਜ਼ ਅਨਾ ਵੀ ਤੁਸੀਂ ਆਪਣਾ ਜੀ ਲਾ ਕੇ ਮਿਹਨਤ ਕਰੋ ਤੇ ਆਪਾਂ ਆ ਪੀਪੀਐਸਸੀ ਦਾ ਕੋਆਪਰੇਟਿਵ ਇਨਸਪੈਕਟਰ ਦਾ ਐਗਜ਼ਾਮ ਡੈਫੀਨੇਟਲੀ ਕਲੀਅਰ ਕਰਾਂਗੇ ਠੀਕ ਹੈ ਨਾ ਓਕੇ ਜੀ ਥੈਂਕ ਯੂ